ਉਹ ਕਿਵੇਂ ਨਾਟ ਗਿਆ ਨਾਲੇ ਉਹ ਕੈਮੋ ਤੇ ਸਿੱਧੂ ਨੇ ਪੋਸਟ ਪਾਤੀ 5 ਮਿਲੀਅਨ ਕਮੈਂਟ ਕਰਨੇ ਆ ਪੋਸਟ ਥੱਲੇ ਹੁਣ ਤੁਸੀਂ ਕਿੰਨੀ ਦੇਰ ਚ ਕਰਨੇ ਆ ਘੰਟੇ ਚ 2 ਘੰਟੇ 3 ਘੰਟੇ ਚ ਐਲਬਮ ਰੈਡੀ ਆ ਉਹ ਹਾਂਜੀ ਕਿੱਦਾਂ ਬਾਬੇ ਉਹ ਯੂਟਿਊਬ ਵਾਲੇ ਉਹ ਕੈਮ ਹੋ ਸਾਰੇ ਜਾਣੇ ਕੱਲ ਵੀ ਸਿੱਧੂ ਮੂਸੇ ਵਾਲੇ ਨੇ ਕੰਮ ਲਾ ਤਾ ਵੀ ਤੁਹਾਨੂੰ ਸਾਰਿਆਂ ਨੂੰ ਨਾ ਮੂਸੇ ਵਾਲੇ ਦੀ ਜਿਹੜੀ ਮੂਸ ਟੇਪ ਸੀ ਨਾ ਉਹਦੀ ਉਡੀਕ ਕਾਫੀ ਟਾਈਮ ਤੋਂ ਕੀਤੀ ਜਾ ਰਹੀ ਆ ਪਰ ਮੂਸੇ ਵਾਲੇ ਨੇ ਕੱਲ ਇੱਕ ਪੋਸਟ ਪਾਈ ਆ ਤੇ ਕਹਿ ਦਿੱਤਾ ਕਿ 5 ਮਿਲੀਅਨ ਕਮੈਂਟ ਕਰੋ ਇਹ ਪੋਸਟ ਦੇ ਉੱਪਰ ਤੇ ਜਲਦੀ ਹੀ ਟ੍ਰੀਜ਼ਰ ਰਿਲੀਜ਼ ਕੀਤਾ ਜਾਊਗਾ ਤੇ ਜਲਦੀ ਹੀ ਰਿਲੀਜ਼ ਡੇਟ ਜਿਹੜੀ ਦੱਸੀ ਜਾਊਗੀ ਜਿਹੜੀ ਮੂਸ ਟੇਪ ਆ ਰਹੀ ਆ ਹੁਣ ਦੇਖਦੇ ਹਾਂ ਜਿਹੜੇ 3.5 ਮਿਲੀਅਨ ਕਮੈਂਟ ਆ ਚੁੱਕੇ ਨੇ ਹੁਣ ਤੱਕ ਤੇ ਬਾਕੀ ਦੇਖਦੇ ਹਾਂ ਕਿ 5 ਮਿਲੀਅਨ ਜਿਹੜੇ ਕਮੈਂਟ ਆ ਕਦੋਂ ਪੂਰੇ ਹੁੰਦੇ ਆ ਮੈਨੂੰ ਲੱਗਦਾ ਰਾਤੋਂ ਰਾਤ ਪੂਰੇ ਅੱਜ ਹੋ ਹੀ ਜਾਣੇ ਆ ਜੇ ਲੋਕਾਂ ਦੇ ਕਮੈਂਟਾਂ ਦੀ ਗੱਲ ਕਰੀ ਤਾਂ ਪ੍ਰੇਮ ਢਿੱਲੋਂ ਨੇ ਕਮੈਂਟ ਕਰਕੇ ਲਿਖਿਆ ਟੋਕਾ ਸ਼ੁਰੂ ਹੋਣ ਲੱਗਾ ਤੇ ਬਾਕੀ ਹੋਰ ਵੀ ਦੱਸ ਦਈਏ ਕਿ ਜਿੰਨੇ ਵੀ ਪੰਜਾਬੀ ਇੰਡਸਟਰੀ ਦੇ ਸਿੱਧੂ ਮੂਸੇ ਨੂੰ ਸਪੋਰਟ ਕਰਦੇ ਨੇ ਸਿੰਗਰ ਸਾਰਿਆਂ ਨੇ ਕਮੈਂਟ ਕੀਤੇ ਨੇ ਤੇ ਤੁਹਾਨੂੰ ਦੱਸ ਦਈਏ ਇੱਕ ਬਹੁਤ ਹੀ ਜ਼ਿਆਦਾ ਕਮੈਂਟ ਜੋ ਕਿ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਬਾਈ ਨੇ ਲਿਖਿਆ ਕਿਹੜੇ ਕੰਮੀ ਲਾ ਦਿੱਤਾ ਭਰਾਵਾ ਸਾਡੇ ਤਾਂ ਮਸ਼ੀਨ ਲੱਗੀ ਸੀ ਬਾਕੀ ਤੁਹਾਨੂੰ ਪਤਾ ਹੀ ਹੁਣ ਤੂੜੀ ਤਾੜੀ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਨੇ ਬਾਕੀ ਬਾਈ ਨੇ ਕਮੈਂਟ ਕੀਤਾ ਤੇ ਬਾਕੀ ਜੇ ਕਮੈਂਟ ਲਾਈਕ ਦੀ ਗੱਲ ਕਰੀ ਤਾਂ ਇਹਦੇ ਕਮੈਂਟ ਨੂੰ ਲਾਈਕ ਵੀ ਜਿਹੜੇ ਆ ਚੁੱਕੇ ਨੇ 4,400 ਲਾਈਕ ਆ ਚੁੱਕੇ ਨੇ ਬਾਈ ਦੇ ਕਮੈਂਟ ਨੂੰ ਇਸ ਤੋਂ ਪਤਾ ਲੱਗਦਾ ਕਿ ਸਿੱਧੂ ਮੂਸੇ ਵਾਲੇ ਦੇ ਫੈਨ ਕਿੰਨੇ ਨੇ ਤੇ ਕਿੰਨੀ ਫੈਨ ਫੋਲੋਇੰਗ ਆ ਤੇ ਬਾਕੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਦੇ 3.5 ਮਿਲੀਅਨ ਜਿਹੜੇ ਕਮੈਂਟ ਆ ਚੁੱਕੇ ਨੇ ਤੇ ਬਾਕੀ ਹੁਣ 1.5 ਮਿਲੀਅਨ ਕਮੈਂਟ ਰਹਿ ਚੁੱਕੇ ਨੇ ਤੇ ਹੁਣ ਦੇਖਦੇ ਹਾਂ ਰਾਤੋਂ ਰਾਤ ਇਹ ਕਮੈਂਟ ਕਿੰਨੀ ਕੁ ਜਲਦੀ ਪੂਰੇ ਹੁੰਦੇ ਨੇ ਬਾਕੀ ਸਿੱਧੂ ਮੂਸੇਵਾਲਾ ਹਮੇਸ਼ਾ ਤਾਂ ਉਹੀ ਪੰਜਾਬੀ ਇੰਡਸਟਰੀ ਦੇ ਵਿੱਚ ਰਿਕਾਰਡ ਤੋੜਦਾ ਆ ਰਿਹਾ ਤਾਂ ਹੀ ਤਾਂ ਸਿੱਧੂ ਮੂਸੇਵਾਲਾ ਆਪਣੇ ਗਾਣੇ ਦੇ ਵਿੱਚ ਵੀ ਕਹਿੰਦਾ ਕਿ ਮੂਸੇਵਾਲਾ ਜੱਟ ਨਾਟ 11 ਵਰਗਾ ਇਕੱਲਾ ਹੀ ਇੰਡਸਟਰੀ ਨੂੰ ਖਿੱਚੀ ਫਿਰਦਾ ਇਹ ਵੀ ਪੱਕੀ ਗੱਲ ਹੈ ਕਿ ਇਕੱਲਾ ਹੀ ਇੰਡਸਟਰੀ ਨੂੰ ਖਿੱਚੀ ਫਿਰਦਾ ਅਤੇ ਬਾਕੀ ਸਿੱਧੂ ਮੂਸੇ ਨੇ ਆਪਣੇ ਗਾਣੇ ਦੇ ਵਿੱਚ ਵੀ ਕਿਹਾ ਸੀ ਕਿ ਆਉਂਦੇ ਸਾਲ ਸੁਰਤ ਨਹੀਂ ਆਉਣ ਦੇਣੀ ਨਹੀਂ ਗਾਣੇ ਦੇਖੀ ਆਉਂਦੇ ਠਾਹ ਠਾਹ ਕਰਕੇ ਬਾਕੀ ਹੁਣ ਜਿਹੜੀ ਐਲਬਮ ਆ ਰਹੀ ਆ ਬਹੁਤ ਹੀ ਵੱਡੇ ਲੈਵਲ 'ਤੇ ਐਲਬਮ ਆ ਰਹੀ ਆ ਹੁਣ ਦੇਖਦੇ ਹਾਂ ਇਹ ਐਲਬਮ ਹੋਰ ਇੰਡਸਟਰੀ ਦੇ ਵਿੱਚ ਨਵੇਂ ਕੀ ਰਿਕਾਰਡ ਤੋੜਦੀ ਆ ਅਤੇ ਬਾਕੀ ਹੁਣ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਫੈਨ ਇਸ ਐਲਬਮ ਦੀ ਉਡੀਕ ਕਰ ਰਹੇ ਨੇ ਜਲਦੀ ਜਲਦੀ ਮੂਸੇਵਾਲੇ ਦੇ ਇੰਸਟਾਗ੍ਰਾਮ ਦੀ ਪ੍ਰੋਫਾਈਲ 'ਤੇ ਜਾ ਕੇ ਪੋਸਟ ਦੇ ਉੱਪਰ ਕਮੈਂਟ ਕਰੋ ਤਾਂ ਜੋ ਆਪਾਂ ਨੂੰ ਇਹ ਐਲਬਮ ਜਲਦੀ ਮਿਲ ਸਕੇ ਅਤੇ ਜਲਦੀ ਜਲਦੀ ਸਿੱਧੂ ਮੂਸੇਵਾਲੇ ਦੇ ਗਾਣੇ ਇੱਕ ਵਾਰ ਫਿਰ ਟਰੈਕਟਰਾਂ ਦੇ ਉੱਪਰ ਅਤੇ ਗੱਡੀਆਂ ਦੇ ਵਿੱਚ ਵਜਾ ਸਕੀਏ ਬਾਕੀ ਬਾਬੇ ਹੁਣ ਤੱਕ ਲਈ ਇੰਨਾ ਹੀ ਅਤੇ ਮਿਲਦੇ ਹਾਂ ਬਾਬੇ ਉਹ ਨਵੀਂ ਵੀਡੀਓ ਨਾਲ ਜਲਦੀ ਅਤੇ ਬਾਕੀ ਹੁਣ ਜਾਂਦੇ ਜਾਂਦੇ ਲਾਈਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਇੱਧਰ ਵੀ ਕਮੈਂਟ ਕਰ ਦਿਓ ਬਾਕੀ ਹੁਣ ਮੂਸੇਵਾਲੇ ਦੀ ਪ੍ਰੋਫਾਈਲ 'ਤੇ ਜਾ ਕੇ ਵੀ ਕਮੈਂਟ ਕਰ ਦਿਓ ਓਕੇ ਬਾਏ ਬਾਏ ਮਿਲਦੇ ਹਾਂ ਆਪਾਂ ਹੁਣ ਨਵੀਂ ਵੀਡੀਓ ਨਾਲ ਜਲਦੀ ਹੀ ਟੇਕ ਕੇਅਰ।